ਬਾਪ ਦੀ ਗੱਡੀ ਲੈ ਕੇ ਆਇਆ ਨਾ, ਇਹ ਸਵਾਲ ਦੂਜੇ ਲਈ ਬੜਾ ਸੌਖਾ ਹੋ ਜਾਂਦਾ, ਇਹ ਕਿਉਂ ਕਰਿਆ, ਕੀ ਤੁਸੀਂ ਅੱਜ ਰੋਟੀ ਵਰਤ ਰੱਖਿਆ ਸਾਰਿਆਂ ਨੇ, ਨਹੀਂ ਰੱਖਿਆ, ਕੀ ਤੁਸੀਂ ਆਪਦੇ ਅੱਜ ਬਿਨਾਂ ਨਹਾਤੇ ਬਾਹਰ ਆਏ, ਨਹੀਂ ਆਏ, ਤੁਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਰੁਝੇਵੇਂ ਛੱਡੇ, ਨਹੀਂ ਛੱਡੇ, ਜਦੋਂ ਤੁਸੀਂ ਸਾਰਿਆਂ ਨੇ ਕੁਛ ਨਹੀਂ ਛੱਡਿਆ ਤਾਂ ਫਿਰ ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਬੜਾ ਅਜੀਬ ਲੱਗਦਾ, ਕਿਉਂਕਿ ਆਪਾਂ ਸਾਰੇ ਤਾਂ ਕੰਮ ਕਰੀ ਜਾਂਦੇ, ਦੂਜੇ ਨੂੰ ਸਵਾਲ ਕਰਦੇ ਅੱਜ ਕਿਉਂ ਰੱਖਿਆ, ਤੁਸੀਂ ਅੱਜ ਤਿਆਰ ਕਿਉਂ ਹੋਏ ਸੀ, ਵੀ ਤੁਸੀਂ ਕਿਉਂ ਨਹੀਂ ਵਰਤ ਰੱਖਿਆ, ਤੁਸੀਂ ਕਿਉਂ ਮੰਦਰ ਗੁਰਦੁਆਰੇ ਜਾ ਕੇ ਮੱਥਾ ਨਹੀਂ ਟੇਕਿਆ ਸ਼ਹੀਦਾਂ ਲਈ, ਨਹੀਂ ਟੇਕਿਆ ਨਾ, ਮੈਂ ਟੇਕਿਆ ਸੀ, ਚਲੋ ਪੁੱਛ ਲਾ ਕੁਝ, ਹੈਂ ਸੋਚ ਸਮਝ ਕੇ ਪੁੱਛੇਗੇ।